जिथे पंजाब 2022 दीआं चोणां नेड़े आ रही हैं अते पंजाब सरकार वल्लों वड्डे वड्डे दावे किते जा रहे हैं ते उत्थे ही अज डेलो दे सिविल हस्पताल ते मुलाजमां वल्लों 6वें पे कमीशन दे खिलाफ जॉइंट एक्शन कमेटी सेहत विभाग पंजाब वल्लों कम छोड़ ते भुख हड़ताल की गई अते पंजाब सरकार खिलाफ रोस जताया गया। पंजाब सरकार हो बर्बाद, हो बर्बाद, हो बर्बाद। पंजाब सरकार ने किया कि पंजाब सरकार ने किया कि पंजाब सरकार मुर्दाबाद, मुर्दाबाद, मुर्दाबाद। कोरोना वायरस नाल टक्कर ना करो, ना करो, ना करो। कोरोना वायरस नाल टक्कर ना करो, ना करो, ना करो। पंजाब सरकार ने किया कि पंजाब सरकार ने किया कि सर मेरा नाम करमजीत सिंह आर्मी सी एच सी सर सी एस सी दिलों जिला लुधियाना। अज असी ज्वाइंट एक्शन कमेटी जो सेहत विभाग की आदि मुताबक अज का दिन असं भुख हड़ताल कर रहे हैं। पंजाब सरकार ने साडा रूरल एरिया अलाउंस, एमरजेंसी अलाउंस, डाइट अलाउंस, ई एस ए अलाउंस, बी जी ओ वर्दी का पत्ता, एफ टी ए, होर 37 तरह के पत्ते जो साढ़े सरकार ने कट ले ने मुताबक असी अज सारे दे खिलाफ दे विच असी इस धरने ते बैठे हैं। सरकार ने कोरोना वॉरियर्स नूं जदों यह पेंडेमिक सारे विश्व दे विच चल रहा सीगा उदों यह कहा सी सी तुहानूं मान ते सन्मान देवांगी। देखो इस सरकार दे वधिया कारे जिहड़ी सौदिया ला रहे साडे नाल कीते तों मुकरी साडे बणदे पत्ते जो सानूं 20-25 सौ तों मिल रहे सीगे सारे कट ले ने। इस करके असी इस रोस दे वजों सारा काम ठप किया होया ते अज दे दिन सारा समूह जिहड़ा सेहत विभाग आ मैडिकल अफसर तों लग के थले तक सारे एसएम अपने भुख हड़ताल ते बैठन लगे हन। ਹਾਂਜੀ ਮੇਰਾ ਨਾਮ ਸੰਜੀਤ ਸੁਰੀਰ ਸਿੰਘ ਹੈ, ਕਿਹੜਾ ਅੱਛੀ ਡੋਲੀ ਅਤੇ ਅਸੀਂ ਦੇਖੋ ਜਿਸ ਫੋਰਮ ਤਕਲੀਫ ਕੋਰਸ ਦਾ ਕੰਮ ਕਰ ਰਿਹਾ। ਪਿਛਲੇ ਲੰਬੇ ਸਮੇਂ ਤੋਂ ਅਸੀਂ ਅਪਡੇਟ ਕਰ ਰਿਹਾ ਇਹਦੇ ਬਾਬਤ ਅੱਜ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ, ਸਾਰੇ ਇਕੱਤਰ ਹੋ ਕੇ ਧਰਨਾ ਦਿੱਤਾ ਜਾ ਰਿਹਾ ਜੀ। ਸਾਡੇ ਫਾਰਮੇਸੀ ਅਫਸਰ ਸਰਦਾਰ ਕਰਮਜੀਤ ਸਿੰਘ ਜੀ ਅੱਜ ਭੁੱਖ ਹੜਤਾਲ 'ਤੇ ਬੈਠ ਰਹੇ ਨੇ, ਸਾਰਾ ਸਟਾਫ ਉਹਨਾਂ ਦੇ ਨਾਲ ਸਹਿਯੋਗ ਕਰ ਰਿਹਾ। ਜਿੰਨਾ ਚਿਰ ਸਰਕਾਰ ਦੀਆਂ ਇਹ ਮਾਰੂ ਨੀਤੀਆਂ 'ਤੇ ਨਹੀਂ ਉਹ ਆਪਣੀਆਂ ਪੂਰੀਆਂ ਵਾਪਸ ਲੈਂਦੀ ਤਾਂ ਇਸ ਵਕਤ ਪੂਰਾ ਜਾਰੀ ਰਹੇਗਾ ਅਤੇ ਸਾਰਾ ਸਟਾਫ ਜੁਆਇੰਟ ਐਕਸ਼ਨ ਕਮੇਟੀ ਦੇ ਸਿਸਟਮ ਨਾਲ ਆ, ਜੋ ਵੀ ਅਗਲੀ ਕਾਲ ਜਿਹਨੇ ਵੀ ਆਈ ਉਹਦੇ ਹਿਸਾਬ ਨਾਲ ਅਸੀਂ ਲਿਖ ਸਕਦੇ। ਰਾਜਵਿੰਦਰ ਕੌਰ LHV PSC ਡੇਗੋਂ ਮੈਂ ਕੰਮ ਕਰਦੀ ਹਾਂ ਅਤੇ ਅਸੀਂ ਨਾ ਸਾਰੇ ਜੁਆਇੰਟ ਐਕਸ਼ਨ ਕਮੇਟੀ ਦੇ ਸਾਰੇ ਮਤਲਬ ਰਲ ਕੇ ਸਾਰੇ ਜਣੇ ਅਸੀਂ ਜਿਹੜੇ ਸਾਡੇ ਭੱਤੇ ਕੱਟੇ ਆ ਉਹਨਾਂ ਸਾਰਿਆਂ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਅੱਜ ਸਾਡੇ ਫਾਰਮੇਸੀ ਆਫਿਸਰ ਕਰਮਜੀਤ ਸਿੰਘ ਭੁੱਖ ਹੜਤਾਲ 'ਤੇ ਬੈਠ ਰਹੇ ਹਾਂ ਤਾਂ ਅਸੀਂ ਸਾਰੇ ਉਹਨਾਂ ਦਾ ਸਹਿਯੋਗ ਕਰਦੇ ਹਾਂ। ਸਾਡੇ ਇੱਥੇ ਕੋਈ ਵੀ ਵੈਕਸੀਨੇਸ਼ਨ ਦਾ ਕੰਮ ਨਹੀਂ ਹੋ ਰਿਹਾ ਕਿਉਂਕਿ ਅਸੀਂ ਚੱਲਣ ਨਹੀਂ ਦਿੰਦੇ। ਅਸੀਂ ਜਿਹੜਾ ਕੰਮ ਕੀਤਾ ਅਸੀਂ ਬਹੁਤ ਦਿਨ ਰਾਤ ਮਾਰ ਕੇ ਕੰਮ ਕੀਤਾ, ਕਦੇ ਵੀ ਅਸੀਂ ਇਹ ਗੱਲ ਨਹੀਂ ਸੀ ਕਹੀ ਅਸੀਂ 7-7 ਵਜੇ ਤੱਕ ਵੀ ਵੈਕਸੀਨੇਸ਼ਨ ਕਰਦੇ ਰਹੇ ਹਾਂ, ਪਰ ਗੌਰਮੈਂਟ ਨੇ ਸਾਨੂੰ ਇਹ ਇਨਾਮ ਦਿੱਤਾ ਕਿ ਜਿਹੜੇ ਸਾਡੇ ਭੱਤੇ ਬਣਦੇ ਸੀ ਉਹ ਵੀ ਸਾਡੇ ਕੱਟ ਲਏ। ਦੇਣਾ ਤਾਂ ਸਾਨੂੰ ਕਹਿੰਦੇ ਸੀ ਅਸੀਂ ਤੁਹਾਨੂੰ ਸਪੈਸ਼ਲ ਇੰਕਰੀਮੈਂਟ ਦੇਵਾਂਗੇ, ਸਪੈਸ਼ਲ ਤੁਹਾਨੂੰ ਭੱਤੇ ਦੇਵਾਂਗੇ, ਸਪੈਸ਼ਲ ਤੁਹਾਨੂੰ ਅਸੀਂ ਜਿਹੜੀ ਆ ਇਹਦੀ ਕੋਈ ਵੀ ਜਿਹੜੀ ਯੋਗ ਸਹਾਇਤਾ ਬਣਦੀ ਉਹ ਸਾਰਿਆਂ ਨੂੰ ਦੇਵਾਂਗੇ, ਪਰ ਕਿਸੇ ਨੂੰ ਕੋਈ ਇੱਕ ਪੈਸਾ ਨਹੀਂ ਦਿੱਤਾ ਗਿਆ ਅਤੇ ਸਗੋਂ ਸਾਡੇ ਭੱਤੇ ਜਿਹੜੇ ਉਹ ਵੀ ਕੱਟ ਲਏ। ਜਿੰਨੀ ਸਾਡੀ ਸਰਕਾਰ ਸਾਰਿਆਂ ਨੂੰ ਇਹ ਕਿ ਪਤਾ ਨਹੀਂ ਇਹਨਾਂ ਕਿੰਨੀਆਂ ਕੁ ਤਨਖਾਹਾਂ ਵੱਧ ਜਾਣੀਆਂ, ਤਨਖਾਹਾਂ ਵਧਣੀਆਂ ਕਿ ਸਾਡੀਆਂ ਤੋਂ ਸਗੋਂ ਬਰਾਬਰ ਵੀ ਨਹੀਂ ਆਉਣੀਆਂ ਅਤੇ ਅਸੀਂ ਸਾਰੇ ਜਣੇ ਰਲ ਕੇ ਅਤੇ ਇਹਦਾ ਵਿਰੋਧ ਕਰਦੇ ਹਾਂ। ਅਸੀਂ ਇਹ ਚਾਹੁੰਦੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਛੇਤੀ ਛੇਤੀ ਭੱਤੇ ਜਿਹੜੇ ਵਾਪਸ ਕੀਤੇ ਜਾਣ ਤਾਂ ਕਿ ਅਸੀਂ ਲੋਕ ਸੇਵਾ ਕਰ ਸਕੀਏ। ਜਿਹੜੇ ਸਾਡੇ ਨਾਲ ਦੇ ਸਾਡੇ ਵੀ ਉਹ ਸਾਡੇ ਪਰਿਵਾਰ ਨੇ ਜਿਹੜੇ ਸਾਡੇ ਤੋਂ ਇੰਨਾ ਦੁਖੀ ਹੋ ਰਹੇ ਆ ਕਿਉਂਕਿ ਹਰ ਇੱਕ ਨੂੰ ਲੋੜ ਆ ਕਿ ਅਸੀਂ ਆਪਣੀ ਬਿਮਾਰੀ ਤੋਂ ਬਚ ਸਕੀਏ ਅਤੇ ਜਦੋਂ ਆਪਾਂ ਨੂੰ ਕਿਸੇ ਨੂੰ ਅਸੀਂ ਇੰਨਾ ਦਿਨ ਰਾਤ ਖੱਪ ਕੇ ਅਸੀਂ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸਰਕਾਰ ਨੇ ਸਾਡੇ ਨਾਲ ਹੀ ਐਡਾ ਵੱਡਾ ਧੋਖਾ ਕੀਤਾ। ਅਸੀਂ ਸਾਰੇ ਰਲ ਕੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਸਾਡੇ ਭੱਤੇ ਜਿਹੜੇ ਆ ਉਹ ਵਾਪਸ ਕਰਨ, ਨਹੀਂ ਤਾਂ ਅਸੀਂ ਇਵੇਂ ਵਿਰੋਧ ਕਰਾਂਗੇ।